ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਗੁਲਜ਼ਾਰ ਕਾਲੀਆ। ਅੱਜ ਮੈਂ ਪਹੁੰਚਿਆ ਬਰੀਵਾਲਾ ਪਿੰਡ ਮੁਕਤਸਰ ਦੇ ਨੇੜੇ, ਔਰ ਇੱਥੇ ਇੱਕ ਪਰਿਵਾਰ ਦੇ ਵਿੱਚ ਕਈ ਸਾਲਾਂ ਤੋਂ ਔਲਾਦ ਨਹੀਂ ਪੈਦਾ ਹੋ ਰਹੀ ਸੀਗੀ। ਔਰ ਦੋਸਤੋ, ਆਪਣਾ ਰੇਨਾਡੈਸਿਵਿਰ ਪ੍ਰੋਡਕਟ ਖਾਣ ਦੇ ਨਾਲ ਅੱਜ ਉਹਨਾਂ ਦੇ ਘਰ ਬਹੁਤ ਸਾਰੀਆਂ ਖੁਸ਼ੀਆਂ ਹੋਈਆਂ ਨੇਗੀਆਂ। ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂਗੇ ਆਪਣੇ ਤੇਜਪਾਲ ਜੀ ਨਾਲ, ਇਹਨਾਂ ਨੇ ਪ੍ਰੋਡਕਟ ਦਿੱਤਾ ਸੀਗਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਤੇਜਪਾਲ ਜੀ। ਅੱਜ ਤੋਂ ਤਕਰੀਬਨ ਕੁਛ ਟਾਈਮ ਪਹਿਲਾਂ ਜੀ ਇਹਨਾਂ ਨੂੰ ਪ੍ਰੋਡਕਟ ਦੇ ਕੇ ਗਿਆ ਸੀਗਾ ਜੀ, ਅਤੇ ਪ੍ਰੋਡਕਟ ਖਾਣ ਦੇ ਨਾਲ ਜੀ ਇਹਨਾਂ ਦੇ ਘਰ ਖੁਸ਼ੀ ਆਈ ਹੈ ਜੀ। ਆਪਾਂ ਇਹਨਾਂ ਦੇ ਜਵਾਨੀ ਸੁਣਦੇ ਹਾਂ ਜੀ। ਹਾਂਜੀ ਹਾਂਜੀ, ਠੀਕ ਹੈ ਜੀ। ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਸੀਗਾ ਜੀ? ਔਰ ਨਾਲ ਮੇਰੇ ਬੈਠੇ ਨੇ ਹੈਪੀ ਜੀ। ਹੈਪੀ ਨੇ ਬੱਚੀ ਔਲਾਦ ਅੱਜ ਪੈਦਾ ਹੋਈ ਹੈ, ਬੱਚੀ ਬੇਟੀ ਪੈਦਾ ਹੋਈ ਹੈ ਇਹਨਾਂ ਦੇ ਘਰ ਦੇ ਵਿੱਚ। ਅੱਜ ਕੀ ਤੁਸੀਂ ਫੀਲ ਕਰ ਰਹੇ ਹੋ ਹੈਪੀ ਜੀ? ਅਸੀਂ ਬਹੁਤ ਵਧੀਆ ਫੀਲ ਕਰ ਰਹੇ ਹਾਂ ਜੀ। ਸਾਡੇ ਘਰ ਖੁਸ਼ੀਆਂ ਹੈਗੀਆਂ। 5 ਸਾਲਾਂ ਬਾਅਦ ਅਸੀਂ ਪਹਿਲਾਂ ਡਾਕਟਰਾਂ ਤੋਂ ਜਵਾਬ ਲਿਆ ਕੇ ਲਏ, ਦੁਖੀ ਹੋ ਗਏ ਵੀ ਆਹ ਕੀ ਬਣ ਗਏ। ਸਰ, ਤੁਹਾਨੂੰ ਡਾਕਟਰ ਕੀ ਕਹਿੰਦੇ ਸੀਗੇ? ਡਾਕਟਰ ਕਹਿੰਦੇ ਵੀ ਇਹਦਾ ਹੱਲ ਹੈ ਨੀ ਕੋਈ। ਠੀਕ ਹੈ ਜੀ, ਬਾਈ ਜੀ ਮੇਰੇ ਆਪਾਂ ਨੂੰ ਤਾਂ ਟੂਲ ਪਲਾਜੇ ਤੇ ਇਹਨਾਂ ਨੇ ਹੱਲ ਕੱਢੇ। ਠੀਕ ਹੈ ਜੀ, ਤੁਸੀਂ ਅੱਜ ਫਿਰ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ? ਆਪਾਂ ਤਾਂ ਕਿੰਨੇ ਲੋਕਾਂ ਨੂੰ, ਸਾਰੇ ਨੇ ਦਵਾਈ ਖਾਣੀ ਆ ਵਧੀਆ, ਫੂਡ ਸਪਲੀਮੈਂਟ ਖਾਣ। ਹਾਂਜੀ ਹਾਂਜੀ, ਠੀਕ ਹੈ ਜੀ। ਆਓ ਜੀ ਆਪਾਂ ਗੱਲ ਕਰਦੇ ਇਹਨਾਂ ਦੀ ਵਾਈਫ ਨਾਲ। ਰਜਨੀ ਜੀ, ਤੁਸੀਂ ਕਿੰਨਾ ਕੁ ਅੱਜ ਖੁਸ਼ ਹੋਗੇ ਰੇਨਾਡੈਸ ਦੇ ਤੁਹਾਨੂੰ ਦਿੱਤਾ ਜਿਹੜਾ ਪ੍ਰੋਡਕਟ ਆ, ਇਹ ਖਾਣ ਦੇ ਨਾਲ ਤੁਹਾਡੇ ਘਰੇ ਬੇਟੀ ਪੈਦਾ ਹੋਈ ਆ, ਤੇ ਕੀ ਕਹਿਣਾ ਚਾਹੁੰਦੇ ਤੁਸੀਂ ਲੋਕਾਂ ਨੂੰ? ਹਾਂਜੀ, ਅਸੀਂ ਬਹੁਤ ਖੁਸ਼ ਹਾਂ ਸਰ ਜੀ। ਅੱਛਾ ਜੀ, ਕਿੰਨੇ ਸਾਲ ਬਾਅਦ? 5 ਸਾਲ ਬਾਅਦ ਬੱਚਾ ਹੋਇਆ ਸੀ। ਤੁਹਾਨੂੰ ਪੂਰੀ ਆਸ ਕਹਿਤਾ ਸੀਗਾ ਵੀ ਨਹੀਂ ਹੋਣਾ ਕਦੇ ਜਾਂ ਬੱਚਾ ਜਾਂ ਕਿਦਾਂ? ਸਾਨੂੰ ਜਵਾਬ ਦਿੱਤਾ ਸੀ। ਅੱਛਾ ਜੀ, ਅੱਜ ਤੁਸੀਂ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ? ਅਸੀਂ ਲੋਕਾਂ ਨੂੰ ਕਹਿੰਦੇ ਆ ਜੀ, ਸਭ ਨੂੰ ਇਹ ਫੂਡ ਐਕਸਪੈਰੀਮੈਂਟ ਖਾਣੀ ਚਾਹੀਦੀ ਹੈ। ਜੀ ਜੀ ਜੀ, ਵੈਰੀ ਗੁੱਡ ਜੀ। ਦੋਸਤੋ, ਆਪ ਵੀ ਸਾਰੇ ਇਸ ਇਹਦੇ ਤੇ ਵਿਸ਼ਵਾਸ ਕਰੀਏ ਔਰ ਖਾਈਏ ਰੇਨਾਡੈਸ। ਔਰ ਦੋਸਤੋ, ਰੌਕਿੰਗ ਰੇਨਾਡੈਸ, ਰੌਕਿੰਗ ਰੇਨਾਡੈਸ।